ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਫੌਜੀ ਸਾਹਿਬ ਪਹੁੰਚ ਚੁੱਕੇ ਜੀ ਆਪਾਂ ਪਿੰਡ ਥਰੀਆਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਹਿਸੀਲ ਮਜੀਠਾ। ਦੇਖੋ ਨਵਾਂ ਮਾਲ ਲੈ ਕੇ ਨਾ ਬਾਈ ਹੋਣਾ ਨੇ, ਉਦੋਂ ਦੀਆਂ ਗਾਈਆਂ ਸਭ ਫੁਰ ਹੋ ਗਈਆਂ। ਜਾਓ ਫਿਰ ਅੱਜ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਸਾਰੇ ਸੰਦੀਪ ਡੇਰੀ ਫਨ ਵੇਖਣ ਵਾਲਿਆਂ ਨੂੰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹੋਰ ਸੰਦੀਪ ਜੀ ਸਾਡਾ ਪਰਿਵਾਰ ਠੀਕ ਠਾਕ, ਜਿਹੜੇ ਸਾਨੂੰ ਵਹਿੰਦੇ ਆ ਉਹ ਵੀ ਠੀਕ ਠਾਕ ਚਾਹੀਦੇ। ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਫੇਰ ਹੀ ਸਾਡੀ ਬਿਲਕੁਲ ਪੁੱਛਦੇ ਬਿਲਕੁਲ ਉਹਨਾਂ ਸਿਰ 'ਤੇ ਅਸੀਂ ਉੱਡੇ ਫਿਰਦੇ ਹੁੰਦੇ। ਚਲੋ ਮੈਂ ਤੈਨੂੰ ਹੱਸਿਆ ਵੀ ਬਾਅਦ 'ਚ ਵੀ ਤੂੰ ਕਿਹੜਾ ਭਜਨ ਛੱਡਿਆ, ਮਤਲਬ ਤੂੰ ਗੱਡੀ ਗੱਡੀ ਦੀ ਵੀਡੀਓ ਚਾੜਦੀ ਉਹ ਪਜਾ ਜਾਓ ਮਿੰਟਾਂ 'ਚ ਤੇ 10 ਮਿੰਟਾਂ ਬਾਅਦ ਭੈਣ ਭਰਾ ਗੁੱਸਾ ਕਰਨ ਡੈ ਪਏ ਜੀ। ਵੇਖੀ ਵੇਖੀ ਮੈਂ ਕਿਹਾ ਭਾਈ ਉਹਦੇ ਐਂ ਹੋਇਆ ਵੀ ਪੈਸੇ ਹੀ ਪਾ ਤੇ ਲੋਕਾਂ ਨੇ ਇਹਦੀ ਜਾਂ ਸਾਈ ਪਾਉਂਦੇ। ਵੇਖੋ ਸਿਆਣੇ ਜਾਂਦੇ ਭਾ ਸਿਰ ਪਾਥੀਆਂ ਵਿਕ ਜਾਂਦੀਆਂ ਤੇ ਬੇ ਭਾਇਆ ਸੋਨਾ ਨੀ ਵੇਚਦਾ। ਜੇ ਸੋਨਾ 70,000 ਮੈਂ ਕਹਾਂ ਲੱਖ ਤੇ ਜੇ ਪਾਥੀਆਂ ਹੈਗੀਆਂ ਰੁਪਈਏ ਨੂੰ ਮਿਲਦੀ ਹੋਏ ਇੱਕ ਪਾਥੀ ਤੇ ਮੈਂ ਆਪ ਮੈਂ ਧੇਲੀ ਨੂੰ ਦੇਣੀ ਤੇ ਵੇਖ ਕੇ ਜਾਣੀ 75 ਨੂੰ ਵੇਖ ਲੈਣੀ ਲੰਘਣਾ 10 ਸਸਤੀ ਆ। ਮਤਲਬ ਕਹਿੰਦਾ ਵੀ ਸਿਆਣੇ ਜਿਹੜੇ ਗੱਲਾਂ ਕਹੀਆਂ ਇਸੇ ਕਰਕੇ ਕਹੀਆਂ ਵੀ ਜਿਹੜੀ ਚੀਜ਼ ਭਾ ਸਿਰ ਵਿਕ ਜਾਂਦੀ ਵਿਕਣਾ ਭਾ ਹੀ ਆ ਸਾਡਾ ਚਿਹਰਾ ਚੂਰਾ। ਮੈਂ ਅੱਗੇ ਵੀ ਤੇਰੀ ਪੀੜ੍ਹੀ ਤੇਰੇ ਨਾਲ ਵੀ ਗੱਲ ਕਰੀ ਦੀ ਤੇ ਅੱਜ ਵੀ ਕੋਸ਼ਿਸ਼ ਤੇ ਹੋਊ ਕਿਉਂਕਿ ਹੁਣ ਕੰਮ ਸਾਡਾ ਬਹੁਤ ਆ ਪਰ ਇਹ ਮਾਲ ਜਿਹੜਾ ਮਿਲ ਲਿਆ ਨਾ ਇਹ ਝੂਠ ਨਹੀਂ ਬੋਲਾਂ ਅੱਡਿਆਂ ਤੋਂ ਮਾਲ ਲੈਣ ਡੇ ਵੀ ਜਿਹੜੇ ਬੰਦੇ ਪੱਕੇ ਸਾਨੂੰ ਮਾਲ ਦਿੰਦੇ ਆਂਦੇ ਹੁਣ ਕਿਹਨੂੰ ਦਈਏ ਤੇ ਅਸੀਂ ਆਖ ਲੈਂਦੇ ਕੋਈ ਨਹੀਂ ਭਾਜੀ ਅਸੀਂ ਆਵਾਂਗੇ ਤੇ ਲੈਣ ਡੇ ਇਸ ਕਰਕੇ ਲੈਣ ਡੇ ਵੀ ਯਾਰ ਉਹ ਵੀ ਨਾ ਰੁਕਣ ਤੇ ਅਸੀਂ ਰੁਕੇ ਸਾਨੂੰ 1,000 ਹੀ ਬਚਦਾ ਜੂ 5,000 ਦਿਹਾੜੀ ਪੈ ਗਈ ਕੋਈ ਗੱਲ ਬਿਲਕੁਲ ਕੋਈ ਤੇਰਾ ਤੇਲ ਪਾਣੀ ਬਣ ਜੂ ਕੋਈ ਸਾਡਾ ਬਣ ਜੂ ਵੱਡੀ ਕਮਾਈ ਵਾਲਾ ਕੰਮ ਛੱਡਿਆ ਹੀ ਅਜੇ ਜਿੰਨੇ ਦਿਨ ਵਿਹਲੇ ਨਹੀਂ ਹੁੰਦੇ ਬਾਕੀ ਝੋਨਾ ਤੈਨੂੰ ਪਤਾ ਹੁਣ ਮਸ਼ੀਨਰੀ ਆ ਗਈ ਕੱਲ ਪਰਸੋਂ ਕਿਸਾਨ ਵਾਲੇ ਕਹਿਣ ਡਏ ਸੀ ਇਹ ਜੀ ਸਰਕਾਰ ਨੇ ਮਸ਼ੀਨਰੀ ਕੋਈ ਲਿਆਤੀ ਉਹ ਮਸ਼ੀਨਰੀ ਲਿਆਤੀ ਚੰਗਾ ਭਰਾਵਾ ਮਸ਼ੀਨਰੀ ਦਾ ਹੀ ਭਾਅ ਵਾ ਫਾਇਦਾ ਹੀ ਹੋਇਆ ਮਿੰਟੋ ਮਿੰਟੀ ਹੁਣ 20-25 ਕਿਲੋ ਝੋਨਾ ਲਾਉਣਾ ਤੇ ਮੇਰੇ ਖਿਆਲ 50-70 ਜੇ ਵਿਹਲੇ ਹੋਣਾ ਮੋਟਰਾਂ ਵੱਡੀਆਂ ਚੱਲਣੀਆਂ ਸਭ ਕੋਈ ਮਹਾਰਾਜ ਨੇ ਕੀਤਾ ਵਧੀਆ ਕੰਮ ਕਰਿਆ ਜੋ ਸਮੇਂ ਸਮੇਂ ਨਾ ਜਦੋਂ ਉਹ ਸਮਾਂ ਹੀ ਬੋਲਦਾ ਦਾ ਉਦੋਂ ਲੋਕਾਂ ਕੋਲ ਵਿਹਲਾ ਟਾਈਮ ਹੁੰਦਾ ਹੁਣ ਤਾਂ ਟਾਈਮ ਹੀ ਹੈ ਨਹੀਂ ਹੈਗਾ ਹੁਣ ਤਾਂ 4 ਉੱਠ ਪੋ ਤੇ ਰਾਤ ਨੂੰ ਉਹੀ ਕੰਮ ਬਾਕੀ ਮਾਲ ਤਸਨੀਮ ਸਿੰਘ ਅੱਜ ਨਾ ਜਿੱਦਾਂ ਦਾ ਮਤਲਬ ਆਪਾਂ ਕਹਿ ਦਈਏ ਵੀ ਗਰਮੀਆਂ ਦੇ ਤੋਹਫੇ ਕਹਿ ਲਓ ਜੋ ਮਰਜ਼ੀ ਕਹਿ ਲਓ ਵੀ ਮਾਲ ਸਾਰਾ ਵਧੀਆ ਲਿਆ ਅੱਜ ਚਲੋ ਹੈ ਵਿੱਚ ਮੇਰੇ ਸੂਣ ਵਾਲੀਆਂ ਜ਼ਿਆਦਾ ਵਾ ਸੂਈਆਂ 2 ਕੀ ਆ ਠੀਕ ਆ ਕਿਉਂਕਿ ਅੱਜ ਫਿਰ ਜਿੱਦਾਂ ਦਾ ਮਾਲ ਮਿਲਿਆ ਲੈਣਾ ਪੈਂਦਾ ਭਰਾ ਹੁਣ ਸਾਰੀਆਂ ਸੂਈਆਂ ਨਹੀਂ ਮਿਲਦਾ ਮਾਲ ਬਿਲਕੁਲ ਅੱਜ ਨੂੰ ਡੰਗਰ ਹੋ ਜਾਂਦਾ ਉਦਾਂ ਹੀ 2-4 ਹਜ਼ਾਰ ਮਹਿੰਗਾ ਹੋ ਜਾਂਦਾ ਬਾਕੀ ਕਿਸੇ ਵੇਲੇ ਸਾਡੇ ਕੋਈ ਇਹ ਤਾਂ ਤੇਰੇ ਹੁੰਦੇ ਆ ਜੇ ਗੱਡੀ ਵੀ ਠੀਕੇ ਤੇ ਲੱਗੀ ਹੈ ਹੁਣੇ ਲੱਥੀਆਂ ਤੇ ਅੱਜ ਅਚਨਚੇਤ ਪ੍ਰੋਗਰਾਮ ਬਣਿਆ ਬਿਲਕੁਲ ਬਿਲਕੁਲ ਜੀ ਕੋਈ ਆਪਣਾ ਐਡਾ ਪ੍ਰੋਗਰਾਮ ਨਹੀਂ ਜਾਣਾ ਤੂੰ ਆਖਿਆ ਆਇਆ ਤੇ ਮੈਂ ਕਿਹਾ ਆ ਜਾ ਫੇ ਮਾਲ ਵੀ ਆ ਚੱਲ ਬਿਲਕੁਲ ਜੀ ਤੇ ਗੱਡੀ ਨੂੰ 10 ਮਿੰਟ ਭਾਇਆ ਚਲੋ ਗੱਡੀ ਆ ਗਈ ਮਾਲ ਉਤਰ ਗਿਆ ਚਲੋ ਵੇਖ ਜਾਣੀਆਂ ਕਿਉਂਕਿ ਸਾਨੂੰ ਪਤਾ ਵੀ ਵੀਡੀਓ 'ਚ ਪੈਣੀਆਂ ਤੇ ਉਹ ਜਾਣ ਉਦਾਂ ਨਹੀਂ ਅਸੀਂ ਵੇਚ ਸਕਦੇ ਬਿਲਕੁਲ ਜੀ ਐਵੇਂ ਗੱਪਾਂ ਮਾਰੀ ਜੋ ਵੀਡੀਓ 'ਚ ਪੈਂਦੇ ਸਾਰੀ ਮਾਲ ਐ ਫੁਰਲ ਹੋ ਜਾਣਾ ਬਾਕੀ ਤੁਸੀਂ ਜੀ ਮਾਲ ਦੀ ਗੱਲ ਪਹਿਲਾਂ ਕਰੀਏ ਤੇ ਪਹਿਲਾਂ ਕਰੀਏ ਐਡਰੈਸ ਦੀ ਭੈਣ ਭਰਾ ਫੋਨ ਕਰਕੇ ਐਡਰੈਸ ਪੁੱਛਦੇ ਦੱਸ ਦਿਓ ਪਿੰਡ ਹੈਗਾ ਜੀ ਆਪਣਾ ਥਰੀਗੇਵਾਲ ਚੌਂਕ ਜ਼ਿਲ੍ਹਾ ਹੈਗਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਮੋਬਾਈਲ ਨੰਬਰ 9814178121 9814178121 ਨਾਮ ਹੈਗਾ ਹਰਪ੍ਰੀਤ ਸਿੰਘ ਹੈਪੀ ਫੌਜੀ ਵੀ ਕਹਿੰਦੇ ਹੈਪੀ ਵਪਾਰੀ ਵੀ ਕਹਿੰਦੇ ਜੋ ਮਰਜ਼ੀ ਕਹਿ ਲਿਓ ਹੁਣ ਬਾਕੀ ਨਹੀਂ ਕਹਿਣਾ ਥੋੜ੍ਹਾ ਜਿਹਾ ਹੁਣ ਸਿਆਣੇ ਹੋ ਗਏ ਪਤਾ ਲੱਗ ਜਾਂਦਾ ਵੀ ਅੱਜ ਆਈਆਂ ਨੇ ਤੇ ਅੱਜ ਤੁਰਨਾ ਵੀ ਇਹਨਾਂ ਵਿਚਾਰੀਆਂ ਨੇ ਪਤਾ ਹੀ ਨੀ ਵੀ ਅਸੀਂ ਇਹਨੂੰ ਤੁਰਨਾ ਬਿਲਕੁਲ ਬਿਲਕੁਲ ਦੇਵਾ ਵੇਖਲਾ ਸੰਦੀਪ ਸਿੰਘ ਜੇ ਅੱਜ ਚੱਕ ਨੂੰ ਨਹੀਂ ਹੁੰਦਾ ਜੀ ਵਧੀਆ ਜਰਸੀ ਦੇ ਕਰਨ ਬੜਾ ਦਿੰਦੇ ਕੈਮਰੇ ਤੋਂ ਡਰਦੇ ਹੈਗੀ ਆ ਫੇਰ ਲਿਆ ਤੇਰਾ ਜ਼ੋਰ ਵੇਖਣਾ
ਇੱਕ ਨਾ ਇਹਦੀ ਲੱਤ ਫਸ ਗਈ ਸੀ ਗੱਡੀ ਚ, ਆਪਾਂ ਵਕਾ ਵੀ ਦਿੰਦੇ ਆ ਵੀ ਥੱਲਿਓ ਨਾ ਟੁਕੜੇ ਡਾਲੇ ਜੇ ਟੁੱਟ ਗਿਆ ਗੱਡੀ ਦੂਜੀ ਨਾਲ ਹੀ ਬਲੈਰੋ ਉਹ ਲੱਤ ਫਸੀ ਤੇ ਉਹਦਾ ਕਰਕੇ ਹੁਣ ਜ਼ਿਆਦਾ ਡਰ ਨਹੀਂ, ਪਰ ਇਹ ਮਹਾਰਾਜ ਦੀ ਕਿਰਪਾ ਰਹੀ ਵੀ ਸੱਟ ਲੱਗੀ ਦੋਵੇਂ ਫਸ ਗਈਆਂ, ਦੋ ਖੱਡੀਆਂ ਫਸ ਗਈਆਂ ਜੀ। ਸੂਆ ਦੂਜਾ ਜੀ ਹਾਂਜੀ, ਉਹਨਾਂ ਦੇ ਮੁਤਾਬਕ 16-17 ਕਿਲੋ ਗੋਲਾ ਵਾ, ਅਜੇ ਅਸੀਂ ਸਾਰੀ ਜੋਈ ਨਹੀਂ, ਅਸੀਂ ਨਹੀਂ ਕਹਿਣਾ ਪਰ 14-15 ਕਿਲੋ ਲੇਵੇ ਤੋਂ ਲਾਲਾ ਗਾਂ ਤੋਂ ਲਾਲਾ ਵੀ ਇੰਨਾ ਗੋਲਾ ਹੈਗਾ ਹੁਣ ਹੈਗਾ ਤੇ ਮੰਗਾ ਪਾਈ ਦਾ ਜੇ। ਬਾਕੀ ਡਰਨ ਡਈ ਉਹ ਲੱਤ ਜੀ ਫਸਣ ਕਰਕੇ ਹੁਣ ਅਸੀਂ ਹੱਥ ਉੱਠ ਨਹੀਂ ਲਾਉਣਾ ਵੀ ਡਰਦਾ ਡੰਗਰ, ਬਾਕੀ ਰੈਡ ਚ ਆਉਂਦੀ ਆ ਜਰਸੀ ਸਾਈਵਾਲ ਬਿਲਕੁਲ ਸਾਰੇ ਕੁਰਸੀ ਚੱਲ ਜਾਂਦੇ ਹਾਂਜੀ। ਤੇ ਸਿਆ ਮੁੱਲਾ ਜੋ ਵੀ ਉੜਦੀਆਂ ਵਾਲਾ ਉੜਦੀਆਂ ਮੁੱਲ 65-60 ਦੀ ਦੇ ਦਈਏ ਹੋਰ ਜਾਣ 2000 ਜਾਣ ਪਿਛਲੀ ਪਈ ਸਾਨੂੰ 1000 ਰੁਪਇਆ ਬੰਦੇ ਨਹੀਂ ਆਏ, ਉਹਨਾਂ ਦਾ ਕੱਲ ਦਾ ਟਾਈਮ ਸੀ ਜਿਹੜੀ ਆਪਣੀ ਪਰਸੋਂ ਚੜੀ, ਬੰਦੇ ਕੱਲ ਆਉਣਾ ਸੀ ਨਹੀਂ ਆਏ, ਨਾ ਉਹਨਾਂ ਕੋਲ ਫੋਨ ਕੀਤਾ ਨਾ ਉਹਨਾਂ ਸਾਈ ਵਾਪਸ ਲਈ, ਤੇ ਆਪਾਂ 47,000 ਦੀ ਵੈਣ ਪਾਈ ਉਹ ਹੀ ਵੈਣ ਆ ਭੈਣ ਭਰਾ ਕਹਿੰਦੇ ਇੰਨਾ ਫੋਨ ਆਇਆ ਮੱਛੀ ਦਾ ਜਿਹੜਾ ਲੇਖਾ ਹੀ ਨਹੀਂ, ਪਰ ਅਸੀਂ ਉਦੋਂ ਜਦੋਂ ਸਾਈ ਪਾਤੀ ਅਗਲੇ ਅਸੀਂ ਯਾਰ ਫਿਰ ਮੁੜ ਕੇ ਹੁੰਦੇ ਜਦ ਸਾਈ ਪੈ ਗਈ ਹੈ ਨਾ ਬੱਚਾ ਲਾਉਂਦੇ ਨੂੰ ਮੁੜਾ ਲਾ ਬੱਚਾ ਨੂੰ, ਤੇ ਹੁਣ ਇਹ ਮੱਛੀ ਤੋਂ ਦੋ ਤੋਂ ਨਾ 13-14 ਕਿਲੋ 15 ਵੀ ਹੋ ਸਕਦਾ, ਪਰ ਅਸੀਂ ਵੀ ਕੰਮ ਕੁੰਮ ਲੱਗੇ ਕੋਈ ਸਾਡੀ ਬਹੁਤੀ ਸਾਂਭ ਨਹੀਂ ਹੁੰਦੀ, ਅਸੀਂ ਕਹਿੰਦੇ ਵੀ ਬੜੀ ਅਸੀਂ ਸੇਵਾ ਕਰਨ ਦੇ ਵਿੱਚੋਂ ਆ ਗਿਆ, ਹੁਣ ਅੱਜ ਨਵਾਈਆਂ ਨੂੰ ਆ ਕੱਲ੍ਹ ਤੇ ਨਵਾਈਆਂ ਵੀ ਨਹੀਂ ਗਈਆਂ, ਬਾਕੀ ਮੱਛੀ ਠੰਡੀ ਠੁੰਡੀ ਹੁੰਦੀ ਸਾਂ ਤੈਨੂੰ ਪਤਾ ਕੱਦ ਵੇਖ ਲਾ, ਇਹਦਾ ਮੁੱਲ ਹੀ ਕੁਛ ਨਹੀਂ ਪਾਇਆ ਆਪਾਂ ਵੀ ਚਲ 15-20 ਸੂਈ ਸਾਨੂੰ ਭਾਅ ਨਾ ਮਿਲੀ ਭਾਅ ਨਾ ਪਾਈ ਬਿਲਕੁਲ ਪਾਣੀ ਕਢਵਾ ਸਕਦੇ, ਤੇ ਉਹ ਬੰਦਿਆਂ ਨੇ ਚਲੋ ਕੀ ਪਤਾ ਕੋਈ ਹੋਰ ਮਿਲ ਗਈ ਹੋਏ ਸਸਤੀ, ਕੋਈ ਗੱਲ 1000 ਰੁਪਈਆ ਸਾਈ ਪਾ ਕੇ ਨਾ ਉਹ ਗੱਲ ਉੱਥੇ ਆ ਜਾਂਦੀ ਵੀ 1000 ਪਾਉਣਾ ਨੀ ਚਾਹੀਦਾ, ਸਹੀ ਗੱਲ ਕਿ ਨਹੀਂ, ਹੁਣ 1000 ਕਰਕੇ ਕੰਮ ਫਸ ਗਿਆ ਨਾ ਤੇ ਵੇਖ ਲੈਣਾ ਸਾਨੂੰ ਆਪਾਂ ਗਾਂ ਫੇਲ ਹੋ ਗਈ ਤਾਂ ਬੱਚਾ ਲਾਇਆ, ਉਦਾਂ ਬੱਚਾ ਨਹੀਂ ਲਾਉਣ ਦੀ ਲੋੜ, ਇਹਨੂੰ ਚੁਆਈ ਓਕੇ ਥਾਣ ਬਹੁਤ ਵਧੀਆ ਕੱਢਦੀ ਦੁੱਧ ਵੀ ਇਹਦੇ ਕੋਲ 13-14 ਕਿਲੋ ਹੈਗਾ, ਬਹੁਤਾ ਕਹਿ ਦਈਏ 18-19-20 ਵੀ ਕਹਿਣਾ ਉਹ ਕਹਿਣ ਦੀ ਕਿਹੜੀ ਗੱਲ ਆ, ਹਾਂਜੀ ਹਾਂਜੀ ਕਿਹਾ ਨਹੀਂ ਹੋਣਾ ਜਦੋਂ ਚੁਵਾਂਗੇ ਪਤਾ ਫੇਰ ਹੀ ਲੱਗਣਾ ਬਿਲਕੁਲ, ਪਹਿਲਾਂ ਅਸੀਂ ਦੋਂਦੀ ਸੰਦੀਪ ਸਿੰਘ ਏਡਾ ਕੱਦ ਤੇ ਏਡਾ ਵਧੀਆ ਲਿਬਾਸ ਤੇ ਇੰਨਾ ਦੁੱਧ ਨਹੀਂ ਹੁੰਦਾ, ਮੱਛੀ ਨੇ ਦੁੱਧੋਂ ਤੁਰ ਪੈਣਾ ਵਾ ਤੇ ਗਰਮੀ ਬਹੁਤ ਆ, ਗਰਮੀ ਬਹੁਤ ਆ ਜੀ, ਫਿਰ ਵੀ 14-15 ਕਿਲੋ ਵੀ ਦੇਈ ਜੇ ਸੰਦੀਪ ਸਿੰਘ ਥੋੜਾ ਭਾਅ ਦੇ ਹਿਸਾਬ ਨਾਲ, ਬੜਾ ਦੁੱਧ ਹੈ ਜੀ, 14-15 ਕਿਲੋ ਵਾਲੀ ਮਹੀਂ ਲੈਣ ਜਾਓ ਤੇ ਕਿੰਨੇ ਦੀ ਮਿਲਣੀ, ਇਹ ਥਾਣ ਕੱਢਿਆ ਫਸੇ ਕਿ ਨਹੀਂ ਥਾਣ ਇੱਧਰ ਆ ਕੱਟ ਮਗਰ ਠੀਕ ਹੈ ਚੋਈ ਮੋਟਰ ਵਾਲੀ ਘਰ ਆ ਬਾਕੀ ਲੱਤ ਨੀ ਪੁੱਟਦੀ ਗਾ ਲੱਤ ਲਾ ਦੇ ਹਾਂਜੀ, ਮੁੱਲ ਪਿਆ 47-46 ਦੀ ਅਸੀਂ ਵੇਚੀ, ਹਾਂਜੀ 1000 ਸਾਨੂੰ ਸਾਈ ਆ ਗਈ 45 ਦੀ ਦੇ ਦੀ, ਠੀਕ ਹੈ ਜੋਰ ਘਟਾਉਣੇ ਘਟਾ ਲਾ ਜਾ ਠੀਕ ਹੈ।
ਬਾਕੀ ਖਾਣ ਚੱਡਾ ਵੇਖਦਾ ਵੀ ਅਜੇ ਗਾਣੇ ਹੱਥਾਂ ਨੀ ਪਾਉਣਾ ਕਿੱਥੇ ਜਾ ਕੇ ਕਰਦੀ ਅਜੇ ਤੇ ਲਾ ਕੇ ਤੇ ਮਾੜੀ ਜੀ ਤੇਰੇ ਸਾਹਮਣੇ ਸਾਫ਼ ਕੀਤੀ ਗਾਈ ਦੋ ਦੋ ਵੀ ਬਾਈ ਕਿਲੋ ਬਾਕੀ ਸਰੀਰ ਠੰਡੀ ਖਾਣ ਖੂਨ ਬੜਾ ਢੋਲਦਾ ਮਗਰੋਂ ਨਾ ਥੋੜਾ ਜਿਹਾ ਲੱਗਦਾ ਬਹੁਤ ਖਾਣ ਵਧੀਆ ਡਰਦੀ ਆ ਆਉਣ ਕਰਕੇ ਨਾ ਹਾਂਜੀ ਗਾਂ ਬੜੀ ਚੰਗੀ ਸੰਦੀਪ ਸਿੰਘ 10 ਦਿਨ ਕੱਚੀ ਦੁੱਧ ਵੀ ਭਾਵੇਂ 20 ਕਿਲੋ ਭਰਦੇ ਪਰ 15 ਕਿਲੋ ਦੀ ਗਰੰਟੀ ਆ ਦੁੱਧ ਆਉਂਦੇ 17-18 ਕਿਲੋ ਪਹਿਲੇ ਸੂਏ ਦਿੱਤਾ ਅੱਛਾ ਪਰ ਦਿੱਤਾ ਹੋਊਗਾ ਤੇ ਚਿੱਚੜ ਨੀ ਜੇ ਲਾਏ ਹੋਊਗਾ ਚਿੱਚੜ ਨੀ ਲਾਏ ਸਹੀ ਗੱਲ ਸੇਵਾ ਲੈ ਲੋ ਕਿੰਨੇ ਔਖਾ ਦਾ ਭਾਅ ਡੰਗਰ ਦੇਖੋ ਲਹੂ ਪੀ ਜਾਂਦਾ ਚੰਗੀ ਗਾਂ ਵੀ ਪੂਰੀ ਰਾਜਸਥਾਨ ਵਾਲੀ ਕਹਿ ਦੇ ਭਾਵੇਂ ਇਹਨੂੰ ਗੱਲ ਅੱਗੇ ਵੀ ਤੇਰੇ ਨਾਲ ਹੋਈ ਸੀ ਜੇ ਤੇ ਤੁਸੀਂ ਕੰਮ ਕਰਦੇ ਫੇਸ ਕਮੈਂਟ ਵੀ ਕੋਸ਼ਿਸ਼ ਕਰਦਾ ਐ ਪਾਸ ਵਧੀਆ ਕਰੂ ਟੋਊ ਮਾਰੂ ਹਰ ਚੀਜ਼ ਵੇਖੂ ਤੇ ਜੇ ਮਾੜੀ ਨਿਕਲੇ ਉਹਦੀ ਦੋਸ਼ ਹੀ ਕੋਈ ਨੀ ਉਹ ਤੇ ਕਰਮ ਆ
ਤੇ ਫੇਰ ਵੀ ਭੈਣ ਭਰਾ ਕਹਿੰਦੇ ਨਸਲ ਯਾਰ ਸਾਨੂੰ ਤੇ ਅੱਜ ਤੱਕ ਹੁਣ ਇਹਦੇ ਚ ਕਿਹੜੀ ਨਸਲ ਦਾ ਸਾਨੂੰ ਪਤਾ, ਅਸੀਂ ਕੋਈ ਡਾਕਟਰੀ ਕੀਤੀ ਹੈ, ਅਸੀਂ ਤੇ ਏਦਾਂ ਪਿਓ ਦਾਦੇ ਉਪਾਰ ਕਰਦੇ, ਨਸਲਾਂ ਤੇ ਹੁਣ ਹਜ਼ਾਰਾਂ ਹੀ ਆ ਗਈਆਂ, ਜਰਸੀ ਚ ਕਿੰਨੀਆਂ ਨਸਲਾਂ, ਐਚ ਐਫ ਚ ਕਿੰਨੀਆਂ ਨਸਲਾਂ ਆ ਗਈਆਂ, ਸਾਨੂੰ ਤੇ ਰਿਸਰਚ ਕਰਨੀ ਪੈਣੀ, ਬਿਲਕੁਲ ਇਹ ਵਛੀ ਪਈ ਹਾਂ, ਉਹਦਾ ਮੁੱਲ ਸਦੀਪ ਸਾਹਿਬ ਰਹਿ ਚੱਲਿਆ ਯਾਰ, ਹਾਂਜੀ ਮੁੱਲ ਉਹਦਾ ਸਦੀਪ ਸਾਹਿਬ 35,000, ਹਾਂਜੀ 30 ਦੀ ਦੇ ਰਹੀ ਹੈ ਕੁੜਦਿਆਂ ਵਾਲੇ, ਜਾਣ ਦੋ ਠੀਕ ਹੈ ਜੀ, ਹੋਰ ਛੋੜ ਵੀ ਕਰਦਾ, ਚਲੋ ਜਾਣ ਦੋ, ਲੈ ਇਹ ਜੀ ਦੰਦ ਨੀ ਵੇਖੇ ਚਾਰ ਵਧੀਆ ਫਸਟ ਕਲਾਸ ਹੈ, ਅਜੇ ਆਹ ਚੀਜ਼ ਵੇਖ ਕੀ ਬਣ ਰਹੀ, ਦੇਸਾਂ ਵੇਲਾ ਹੈ ਕੀ ਬਿਲਕੁਲ, ਦੋ ਟੋਕਰੀਆਂ ਪੱਠੇ ਪਾਉਂਦੇ ਦੁੱਧ 10-12 ਕਿਲੋ ਦੇ ਜਾਣਾ, ਇਹ ਵੀ ਹੁਣ ਨਸਲ ਪਿਓਰੀ ਪੂਰੀ ਆ, ਪਿਓਰੀ ਜਿਹਨੇ ਕਤਲ ਹੀ ਕੀਤਾ ਸਹੀ ਗੱਲ ਆ, ਬਿਲਕੁਲ ਇਹਦਾ ਰੱਬ ਦੇ ਰਾਂਗਾ ਬਹੁਤਾ ਵੱਡਾ ਕਤਲ ਹੀ ਜਿੰਨਾ ਕਹਿ ਤੋ ਮੈਨਾਂ ਬਰੋਬਰ ਉਹ ਮਾਸਕ ਨਹੀਂ ਵੀ ਆ ਜੀ, ਦਿਸ਼ਾ ਇਹਦਾ ਲੁੱਟਦੀਆਂ ਵਾਲੇ ਭਾ ਉਹਨ 35,000 ਤੇ 33 ਦੇ ਦੀ, ਚਲੋ ਠੀਕ ਆ ਠੀਕ ਆ, ਕਰ ਲਈ ਉਹ ਕਹਰ ਯਾਰ ਕਰ ਦੋ ਹੀ ਛੱਡ ਦੇ 33 ਦੀ ਪੂਰੇ ਜਾਣ ਨਹੀਂ ਪੂਰੇ ਦੀ ਨਹੀਂ, ਹੁਣ ਤੂੰ ਜ਼ਿਆਦਾ ਮਾਰਦਾ ਚਲ 31 ਜਾਣ ਤੂੰ, ਜਰੂਰੀ ਥੋੜਾ ਸਾਰੀਆਂ ਦੇ ਨਫਾ ਹੋਣਾ, ਸਾਰੀਆਂ ਦੇ ਨਫੇ ਚੱਕਰ ਨੀ ਪੈਂਦਾ, ਬਿਲਕੁਲ ਅੱਗੇ ਇੱਥੇ ਕੋਈ ਬੰਦਾ ਆਇਆ ਮੇਰੇ ਕੋਲ ਹੋਣੇ ਬੰਦ ਕਰ ਦੇ ਪੀ ਭਾਜੀ ਵੀਡੀਓ ਚ ਮਾਲ ਜਿਹੜਾ ਬੜਾ ਰੇਟ ਘੱਟ ਪੈਣਾ, ਮੈਂ ਕਿਹਾ ਵੀਡੀਓ ਚ ਹੁਣ ਕੰਪੀਟੀਸ਼ਨ ਹੋ ਗਿਆ, ਬੜੀ ਅਗਲੀ ਗੱਲ ਨਹੀਂ ਰਹੀ, ਜਿਹੜਾ ਬੰਦਾ ਮਾਲ ਪਾਉਂਦਾ ਇਹ ਸੋਚ ਕੇ ਪਾਉਂਦਾ ਮੇਰਾ ਵੇਖ ਮੇਰਾ ਵੇਖ, ਹੁਣ ਯਾਰ ਜਿਹਨੇ 10 ਡੰਗਰ ਬੰਨੇ ਨੇ ਆਮ ਬੰਦਾ ਵਪਾਰੀ ਬੰਨੂ 2-3-4 ਬਿਲਕੁਲ, ਵੀਡੀਓ ਵਾਲੇ 10-10 ਬੰਨਣੇ, ਉਹਨਾਂ ਨੂੰ ਪਤਾ ਵੀ ਸਾਡਾ ਦਹਾਂ ਨਾਲ ਵੀ ਹਾਥ ਨਹੀਂ ਆਉਂਦੀ, ਸਾਡੀ ਵੀ ਨਹੀਂ ਆਉਂਦੀ, ਮੈਂ 10-10 ਬੰਨਦਾ ਹੀ ਹੁਣ ਵੀ ਸਿਰਫ 5-6 ਆਪਾਂ ਰਹਿਣ ਦੀ ਠੀਕ ਆ, ਉਹਦੇ ਵੱਲ ਕੈਮਰਾ ਮਾਰ ਦੇ ਹੈ ਤੋਹਾ ਰਜ ਪਾਈ ਨਹੀਂ ਫੋਨ ਕਈ ਬੰਦੇ ਕਹਿੰਦੇ ਜੀ ਤੁਹਾਨੂੰ 60-60 ਵਾਰ ਫੋਨ, ਅੱਜ ਇੱਕ ਭੈਣ ਭਰਾ ਦਾ ਫੋਨ ਆਉਂਦਾ, ਮੈਂ ਤੁਹਾਨੂੰ ਖੁਸ਼ ਹਾਂ 60 ਵਾਰੀ ਫੋਨ ਲਾ ਲਿਆ, ਜਦੋਂ ਮੈਂ ਫੋਨ ਲਾਉਂਦਾ ਤੁਹਾਡਾ ਮਾਲ ਵਿਕ ਜਾਂਦਾ, ਉਹ ਬਾਹਰ ਆ ਵਿਚਾਰਾ, ਉਹ ਕਿਤੇ ਹਨੇਰਾ ਸਨੇਰਾ ਉਲਟ ਪੁਲਟ ਹੁੰਦਾ ਕੰਮ, ਜਦੋਂ ਆਪਾਂ ਵੀਡੀਓ ਬੰਦੇ ਉਹਦੇ ਕਹਿੰਦਾ ਜੇ ਮੇਰੇ ਆਰਕਾ ਨਿਆਣਿਆ ਫੋਨ ਕੀਤਾ ਉਹਨਾਂ ਨੂੰ ਕਿਹਾ ਸੀ ਖੁਸ਼ ਸਾਹ ਦੀ ਵੀਡੀਓ ਜਿਹੜੋ ਤੇ ਫੋਨ ਕਰਿਓ, ਕਹਿੰਦਾ ਤੁਹਾਨੂੰ ਫੋਨ ਕਿਤਾ ਮਾਲ ਫਿਰ ਵਿਕ ਗਿਆ, ਤੇ ਮੈਂ ਆਰਕਾ ਮਾਰਾਂ ਦਾ ਰਿਸ਼ਤੇਦਾਰ ਵੀ ਰਹਿ ਗਏ, ਇਹ ਕੀ ਬਣਿਆ ਮੈਂ, ਚਲੋ ਆਪਣੇ ਵੱਲੋਂ ਤੇ 100 ਚੋਂ 99% ਕੋਸ਼ਿਸ਼ ਕਰੀ ਸੀ ਵੀ ਚੱਲ ਯਾਰ ਜਾਇਜ਼
ਜਦੋਂ ਮੈਂ ਲੋਕਾਂ ਦੇ ਘਰੇ ਰੇਟ ਆਉਂਦਾ ਮੈਨੂੰ ਕਈ ਨਾ ਵਪਾਰੀ ਨਕਾਤਲਾ ਵੀ ਕਹਿੰਦੇ ਆਪਣੀ ਭਾਅ ਚ ਵੀ ਨਕਾਤਲਾ ਆਏ ਕਈ ਕਹਿੰਦੇ ਮੈਨੂੰ ਜਿਹਨਾਂ ਕੋਲ ਮਾਲ ਮੁੱਲ ਯਾਰ ਹੁਣ ਤੂੰ ਪਿੱਛੋਂ ਹੀ ਭੈਣ ਮੈਨੂੰ ਕੱਢਤੀ 45,000 ਦੀ ਕਾਂ ਲੈਣ ਲਈ 40 ਦੀ ਤੇ ਮੈਂ ਕਿੱਦਾਂ ਲੈ ਲੂੰਗਾ ਤੂੰ ਕਈ ਜਾਂ ਨਕਾਤਲਾ ਮੇਰੀ ਸਿਹਤ ਗਿਆ ਮੈਂ ਤੇਰੇ ਕੋਲ ਨਹੀਂ ਲਿਆ ਤੇਰੀ ਵੇਗੀ 48 ਦੀ 47 ਦੀ 50 ਦੀ ਤੇਰੀ ਕਿਸਮਤ ਆ ਤੇ ਮੈਂ ਤੇ ਭੁਗਦੀ ਲੈਣੀ ਬਿਲਕੁਲ ਜੇ ਮੈਂ ਭਾਅ ਨਾ ਲਾਉਂ ਤਾਂ ਵੇਚੂ ਬਿਲਕੁਲ ਮੈਨੂੰ ਕਹਿੰਦੇ ਨਾ ਇਹ ਮੁੱਲ ਨਹੀਂ ਲਾਉਂਦਾ ਤੇ ਮੇਰਾ ਮੁੱਲ ਜੇ ਘੱਟ ਮੈਂ ਲਾਉਂਦਾ ਤੇ ਮੈਂ ਕਿਹੜੇ ਇੱਥੇ ਕੱਲ ਵੀ ਬੰਦਾ ਕੋਲ ਭਰਾ ਸੀ ਤੇ ਮੈਂ ਕਿਹਾ ਭਾਈ ਜੀ ਮੈਂ ਤੁਹਾਡੇ ਕੋਲ ਘੱਟ ਰੇਟ ਤੇ ਲੈਂਦਾ ਤੇ ਮੈਂ ਕਿਹੜੀਆਂ ਮਹਿੰਗੀਆਂ ਉਹ ਗਰਲੈਂਡੋ ਆਪਾਂ ਲਈ ਜਿਹੜੇ ਬੰਦਿਆਂ ਕੋਲ ਲਈ ਉਹਨਾਂ ਨੂੰ ਪਤਾ ਉਹ ਮੈਨੂੰ 53,000 ਦੀ ਪੈ ਗਈ ਕੀ ਲੈ ਲਿਆ ਮੈਂ ਤੇ ਜੇ ਹੋਰ ਕਿਹੋ ਹੁੰਦੀ ਤਾਂ 10,000 ਤੋਂ ਘੱਟ ਬਹਿਣਾ ਵੀ 65,000 ਦੀ ਵੀ ਬੰਦੇ ਆਫਰ ਦਿੰਦੇ ਮੈਨੂੰ ਤੇ ਬੰਦਿਆਂ ਜਿਹੜੇ ਨੇ ਲਈ ਨਾ ਭਾਈ ਨੇ ਸਾਚੋ ਨਾ ਰਹਿ ਚੱਲਿਆ ਉਹ ਇੰਗਲੈਂਡ ਤੋਂ ਨੇ ਭਾਈ ਹੁਣੀ ਜਦੋਂ ਤੇਰੇ ਚੰਨ ਤੁਸੀਂ ਮਾਲ ਲੈਂਦੇ ਹੋ ਲੁਧਿਆਣੇ ਉਹਨਾਂ ਦੀ ਡੇਰੀ ਫਾਰਮ ਆ ਠੀਕ ਆ ਤੇਰੇ ਚੰਨ ਤੋਂ ਬਹੁਤ ਮਾਲ ਲਿਆ ਉਹਨਾਂ ਮੈਨੂੰ ਫੋਨ ਲਾਇਆ ਵਟਸਐਪ ਦਾ ਖੁਸ਼ ਸਾਹਿਬ ਇੱਕ ਗਰਲੈਂਡੋ ਤੇ ਇੱਕ ਪਹਿਲਾ ਨੰਬਰ ਇੱਕ ਸਾਰੀਆਂ ਜਿਹੜੀ ਜਿਹਨੂੰ ਮੈਂ ਕਹਿਤੀ ਕਹਿੰਦੇ ਮੈਂ ਬੈਂਕ ਨੂੰ ਤੁਰਿਆ ਜਾਂਦਾ ਮੈਂ ਵਟਸਐਪ ਤੋਂ ਫੋਨ ਨਹੀਂ ਕੱਟਣਾ ਤੁਸੀਂ ਚੁੱਕੀ ਜੋ ਮੈਂ ਨੀ ਕੱਟਣਾ ਇਹ ਦੋਵਾਂ ਤਿੰਨਾਂ ਡੰਗਰਾਂ ਦੀ ਗੱਲ ਨਾ ਕਰੋ ਲੈ ਵੀ ਉਹਨਾਂ ਮੈਨੂੰ ਪੈਸੇ ਪਾਏ ਆ 1,000 ਰੁਪਇਆ ਉਹਦਾ ਵੱਧ ਆਇਆ ਕੋਈ ਬੰਦਾ ਕਹਿੰਦਾ ਨਾ ਕੋਈ ਨੂੰ ਇਹ ਵੀ ਗੱਲ ਹੁੰਦੀ ਆ 1,000 ਰੁਪਇਆ ਕਿਰਾਇਆ ਦੇ ਕੇ ਵੱਧ ਗਿਆ ਉਹਨਾਂ ਦਾ ਮੇਰੇ ਅਕਾਊਂਟ ਚ ਆਏ ਪੈਸੇ ਤੇ ਗੱਲ ਕੀ ਉਹ ਤਬਾਰ ਕਰਦੀ ਤੇ ਉਹਨਾਂ ਕੱਲ ਫੋਨ ਕੀਤਾ ਵੀ ਬਹੁਤ ਵਧੀਆ ਗਾਵਾਂ ਚਲੋ ਗਰਲੈਂਡੋ ਤੇ ਹੈ ਕੱਚੀ ਮੱਛੀ ਕਹਿੰਦੇ ਵੀ ਗਾਂ ਦਾ ਕੋਈ ਲੇਖਾ ਬੰਨਾ ਨੀ ਚਲੋ ਇੱਕ ਅੱਧਾ ਦਿਨ ਗਿਆ ਡੰਗਰ ਕੋਈ ਪੱਟਾ ਨਾ ਖਾਵੇ ਕੋਈ ਕੁਛ ਹੋਵੇ ਉਹ ਗੱਲ ਵੱਖਰੀ ਉਹਨਾਂ ਉਹ ਲਾਮਾ ਤਾਂ ਨੀ ਦਿੱਤਾ ਉਹਨਾਂ ਕਿਹਾ ਵੀ ਠੀਕ ਹੈ ਇੱਕ ਅੱਧਾ ਦਿਨ ਜਾ ਕੇ ਡੰਗਰ ਜੀ ਨੀ ਹੁੰਦਾ ਤੇ ਬਾਕੀ ਬਹਿਣਾ ਸਾਰੀਆਂ ਚੰਗੀ ਬਾਕੀ ਦੂਸਰੀਆਂ ਗੱਲਾਂ ਬਾਤਾਂ ਤੇ ਅਸੀਂ ਹੁਣ ਗੱਪਾਂ ਭਾਵੇਂ ਅੱਧਾ ਘੰਟਾ ਲਾ ਦਈਏ ਹਾਂ ਅੱਧਾ ਘੰਟਾ ਭਾਵੇਂ ਲਾ ਦਈਏ ਤੈਨੂੰ ਲੱਗਦੀ ਗਰਮੀ ਬਹੁਤ ਹੀ ਨਹੀਂ ਗਰਮੀ ਨਹੀਂ ਲੱਗਦੀ ਥੋੜਾ ਮੈਂ ਜਲਦੀ ਨਹੀਂ ਆਜ ਸਾਡੀ ਵੀਡੀਓ ਜੇ ਤੇਰੀ ਕਿਰਪਾ ਨਾਲ ਚੱਲਣ ਡਈ ਆ ਪਰਮਾਤਮਾ ਦੀ ਕਿਰਪਾ ਨਾਲ ਤੇ ਸਾਡੀਆਂ ਗੱਲਾਂ ਬਾਤਾਂ ਬਾਕੀ ਜੇ ਕੋਈ ਭੈਣ ਭਰਾ ਇਲਾਜ ਪੁੱਛਦਾ ਵਾ ਉਹਨੂੰ ਵੀ ਸਲਾਹ ਦੇ ਦੀ ਹੁਣ ਅੱਜ ਕਿਸੇ ਨੇ ਫੋਨ ਕੀਤਾ ਬੰਨ ਪੈ ਗਿਆ ਇੰਨੇ ਦਿਨ ਹੋ ਗਏ ਮੈਂ ਕੋਈ ਇਲਾਜ ਨਹੀਂ ਇਹਦਾ ਕਿਉਂਕਿ ਜੇ ਹਫ਼ਤੇ ਬਾਅਦ ਬੰਨ ਪੁੱਛਣ ਡਿਆ ਉਹਦਾ ਇਲਾਜ ਆਪਰੇਸ਼ਨ ਆ ਤੇ ਜੇ ਡਾਕਟਰ ਕੇ ਸਿਆਣੇ ਦੀ ਵੀ ਸਲਾਹ ਲਓਗੇ ਉਹਨੇ ਵੀ ਕਹਿਣਾ ਆਪਰੇਸ਼ਨ ਮੈਂ ਕਿਹਾ ਭਾਈ ਉਹਨੂੰ ਸ਼ਹਿਰ ਲਾਇਓ ਆਹਦਾ ਕਿੱਥੇ ਮੈਂ ਵੇਖ ਕੇ ਲਿਆਓ ਮੈਂ ਮੁੜ ਕੇ ਡਾਕਟਰ ਨੂੰ ਫੋਨ ਕਰਕੇ ਉਹਨਾਂ ਨੂੰ ਮੈਂ ਕਿਹਾ ਵੇਖ ਕੇ ਭਾਈ ਚਲ ਜਾਓ ਤੇ ਜਾਓ ਜਾ ਕੇ ਆਪਰੇਸ਼ਨ ਕਰਾ ਲਓ ਕਿਉਂਕਿ ਜਦੋਂ ਹਫ਼ਤਾ ਬੰਨ ਪਈ ਨੂੰ ਕਿਹਾ ਉਹਨੇ ਤੇ ਵਿਚਾਰੇ ਬਚਣਾ ਹੀ ਨਹੀਂ ਤੇ ਕੋਸ਼ਿਸ਼ ਤੇ ਕਰੀ ਦੀ ਜਿਹੜਾ ਡੰਗਰ ਕਿਸੇ ਬੰਦੇ ਕਈ ਬੰਦੇ ਕਹਿੰਦੇ ਭਾਈ ਡਾਕਟਰ ਨੇ ਦੱਸਿਆ ਉਹਦੇ ਕੋਲ ਠੀਕ ਨਾ ਤੁਹਾਡੀ ਇਲਾਜ ਨਾਲ ਠੀਕ ਹੋ ਗਿਆ ਅਸੀਂ ਜਿਹੜਾ ਇਲਾਜ ਦੱਸਦੇ ਉਹ ਵੀ ਸਾਡਾ ਜੱਬੜਾ ਹੀ ਹੁੰਦਾ ਜਦੋਂ ਅਗਲੇ ਨੂੰ ਕਹੀ ਯਾਰ ਆਹ ਚੀਜ਼ ਦੇ ਦੇ ਉਹ ਆਂਦਾ ਯਾਰ ਚਾਹ ਪੱਤੀ ਕੱਲ ਹੀ ਦੇਣੀ ਆ ਮੈਂ ਕਿਹਾ ਭਾਈ ਤੁਸੀਂ ਦਿਓ ਜੇ ਤਾਂ ਰਿਜ਼ਲਟ ਮਿਲ ਜੂ ਸਵੇਰੇ ਦੇ ਦਿਓ ਨਹੀਂ ਤਾਂ ਨਾ ਦਿਓ ਕਈ ਚੀਜ਼ਾਂ ਦੀ ਉਹ ਵਰਤੋਂ ਆਉਂਦੀ ਆਪਣੇ ਸਾਨੂੰ ਤਾਂ ਹੁਣ ਪਤਾ ਹੁਣ ਜੇ ਡੰਗਰ ਨਹੀਂ ਸੁੱਟਦਾ ਤੇ ਵਾਹ ਦੇ ਪੱਤੇ ਦੇ ਦੇਈਏ ਨਾ ਸਰੀਰ ਸਾਹਿਬ ਦੋ ਰੁਕ ਤੇ ਘੜਾ ਚ ਆਓ ਗਈ ਜੇ ਇੰਨੀ ਕੁ ਕਿਰਪਾ ਮਹਾਰਾਜ ਦੀ ਵਾਹ ਦੇ ਪੱਤੇ ਹੁਣ ਕਈ ਬੰਦੇ ਦੱਸਦੇ ਨੀ ਤੇ ਅਸੀਂ ਇੱਥੇ ਕੋਈ ਭੈਣ ਭਰਾ ਫੋਨ ਕਰਦਾ ਜੇ ਨੀ ਸੁਣੂ ਉਸ ਵੇਲੇ ਵਾਹ ਦੇ ਪੱਤੇ ਦੇ ਦੇ ਦੋ ਰੁਕ ਲੱਭਦੇ ਹੁਣ ਲੱਭਦੇ ਨੀ ਉਹ ਸਾਡੀ ਥੋੜਾ ਸਿਰਦ ਨੀ ਸਾਡੇ ਲਾਗੇ ਹੈਗੇ ਅਸੀਂ ਤੇ ਨਹਿਰ ਤੋਂ ਲੈ ਆਈਦੇ ਆ ਸੜਕਾਂ ਦੇ ਬੜੇ ਵਾਂਝ ਲੱਗੇ ਹੁੰਦੇ ਕੋਸ਼ਿਸ਼ ਕਰਿਆ ਕਰੋ ਵੀ ਦੇਸੀ ਦੂਸੀ ਨੁਕਤਾ ਕਰਿਆ ਕਰੋ ਚਲੋ ਮਹਾਰਾਜ ਕਿਰਪਾ ਕਰੇ ਬਾਕੀ ਦਵਾਈ ਬੂਟੀ ਦੇ ਚੱਲਣ ਡੀ ਹੋਵੇ ਅਸੀਂ ਵੀ ਕੈਲਸ਼ੀਅਮ ਦੀ ਕੈਨੀ ਲਿਆ ਕੇ ਰੱਖੀ ਆ ਵੀ ਸਭ ਕੁਝ ਕਰਨਾ ਪੈਂਦਾ ਫੀਡ ਵੀ ਪਾਉਣੀ ਪੈਣੀ ਵੰਡ ਵੀ ਲਿਵਰ ਟੋਨਿਕ ਸਾਰਾ ਕੁਝ ਸਾਨੂੰ ਤੇ ਲਿਵਰ ਦੀ ਗਾਈਆਂ ਵਾ ਇਹ ਤੇ ਕਰਮ ਵਾਲੀਆਂ ਅੱਜ ਤਾਂ ਹੁਣ ਆਈਆਂ ਨਾ ਘੜੀ ਕਿ ਨਹੀਂ ਖਾਦੇ ਰਾਤ ਨੂੰ ਇਹਨਾਂ ਨੂੰ ਬੰਧਣਾ ਸਵੇਰੇ ਇਹਨਾਂ ਨੇ ਭੁੱਖੀਆਂ ਭਈਆਂ ਨੇ ਆਖਣਾ ਖਾ ਲਈਆਂ ਛੇਤੀ ਅੱਜ ਆਈਆਂ ਨਹੀਂ ਖਾਣ ਡਈਆਂ ਬਿਲਕੁਲ ਤੇ ਗਾਵਾਂ ਦਾ ਕੋਈ ਗੱਲ ਨਹੀਂ ਦੁੱਧ ਵੀ ਦੇਈ ਜਾਂਦੀਆਂ ਤੇ ਮਰਦੀ ਵੀ ਗਾਂ ਤੋਂ 10 ਕਿਲੋ ਦੇ ਕੋਈ ਖੋਟੀ ਨਿਕਲਣ ਤੇ ਸਾਰੀਆਂ ਸਹੀ ਨਿਕਲਣ ਬਾਕੀ ਬੱਚੇ ਬੁੱਚੇ ਤੇ ਮਹਾਰਾਜ ਦੀ ਕਿਰਪਾ ਵੀ ਅੱਜ ਤੱਕ ਨਹੀਂ ਲਾਇਆ ਤੇ ਗਾਂ ਵੀ ਨਾ ਲਾਈਏ ਤੇ ਜਿਹੜਾ ਕੋਈ ਲਾਉਂਦਾ ਉਹਦੇ ਘੜੀ ਵੀ ਹੱਥ ਜੋੜ ਕੇ ਬੇਨਤੀ ਸੀ ਬੱਚੇ ਦੀ ਗੱਲ ਇਹ ਵੀ ਬੱਚਿਆਂ ਵਾਲੀ ਮਰੇ ਵਾਲੀ ਗਾਂ ਪਾਈ ਆਪਾਂ ਵੀਡੀਓ 'ਚ ਤੇ ਉਹਦਾ ਇੰਨਾ ਫੋਨ ਆਇਆ ਲੇਖਾ ਨਹੀਂ ਰਿਹਾ ਯਾਰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਮੈਨੂੰ ਵੀਡੀਓ ਪਾ ਦੇ ਇਹਨੇ ਜੇਰ ਸੁੱਟੀ ਨਹੀਂ ਸੁੱਟੀ ਲੋਕ ਯਕੀਨ ਕਰਨ ਦੇ ਵੀ ਇਹਨੇ ਨਹੀਂ ਲਾਇਆ ਬਿਲਕੁਲ ਤੇ ਜੇ ਮੈਂ ਲਾ ਕੇ ਵੇਚ ਦਿੰਦਾ ਤੇ ਕਿਹੜੀ ਔਖਰ ਆ ਗਈ ਪੁੱਛਦੇ ਬੱਚੇ ਲੈਂਦੇ ਗਾਂ ਫਿਰ ਉਹਨਾਂ ਨੂੰ ਨਹੀਂ 70,000 ਦਾ ਫਰਕ ਪੈਣਾ ਸੀ ਨਫਾ ਤੇ ਆਪਾਂ 4,000 ਲੈਂਦੇ 40 ਦੀ ਗਾਂ ਲਈ 4,000 ਨਫਾ 44-45 ਦੀ ਵੇਚ ਦਿੰਦਾ 4-5,000 ਬੱਲੇ ਬੱਚਾ ਤਾਂ ਲਿਆਉਣਾ ਪੈਣਾ ਚੁੱਕ ਕੇ
ਬਿਲਕੁਲ ਉਹ ਕਹਿੰਦੇ ਮੇਰੀ ਵੀਡੀਓ ਵੇਖੀ ਅੱਜ ਫੋਨ ਕੀਤਾ ਆਦਾ ਪੁੱਛਦਾ ਮੇਰੇ ਕੋਲ ਬੱਚਾ ਹੈਗਾ ਜੇ ਗਾਂ ਦਾ ਬੱਚਾ ਮਰ ਗਿਆ ਤੇ ਮੈਂ ਮੇਰੀ ਤੇ ਗਾਂ ਵੇਖੀ ਮੈਂ ਬੱਚਾ ਕੀ ਕਰਨਾ ਬੱਚਾ ਮੈਂ ਕੀ ਕਰਨਾ ਬੱਚਾ ਮੈਂ ਤੁਹਾਨੂੰ ਲੋੜ ਨੀ ਸਾਡੀ ਤੇ ਜਿੰਨਾ ਲੋੜ ਹੋਰ ਕਿਸੇ ਨੂੰ ਦੇ ਦੇ ਮਤਲਬ ਕੀ ਕਰੇ ਬੰਦਾ ਵੀਡੀਓ ਵੇਖ ਕੇ ਕਹਿੰਦੇ ਇਸ ਵੇਲੇ ਵੀ ਖੋਰੇ ਅਜੇ ਵੀ ਨਹੀਂ ਨਿਕੀ ਹੋਣੀ ਆਦੇ ਬੱਚਾ ਲੈ ਜਾਓ ਬੱਚਾ ਲੈ ਵੇਖ ਲਓ ਬੱਚਾ ਤਾਂ ਜ਼ਿਆਦਾ ਵਿਕਣੀ ਬੱਚੇ ਪਟਵਾਰੀ ਲੱਗਣੇ ਆਹ ਬੱਚਾ ਵੇਖੋ ਮੈਨੂੰ ਵੀ ਫੋਨ ਆਇਆ ਸੀ ਕਿਸੇ ਤੋਂ ਉਹ ਕਹਿੰਦੇ ਜੀ ਬਾਈ ਜੀ ਸਾਡੇ ਕੋਲ ਦੋ ਬੱਚੇ ਆ ਜੀ ਕਿਸੇ ਲੈ ਲੈ ਦੱਸ ਦੇ ਉਹ ਗਿੱਜੇ ਆ ਨਾ ਹੁਣ ਗੱਲ ਹੀ ਕਹਿੰਦੇ ਮੇਰੇ ਵਰਗੇ ਕਈ ਹੈਗੇ ਨਾ ਚੈਨਲ ਵਾਲੇ ਉਹ ਆਪ ਲੈ ਆਉਂਦੇ ਵਪਾਰੀਆਂ ਨੂੰ ਵੀ ਛੱਪੜ ਦਾ ਡੱਡੂ ਛੱਪੜ ਜੀ ਰਹਿਣਾ ਗਾਹ ਨਿਕਲ ਜਾਣਾ ਜੇ ਤੁਸੀਂ ਨਾ ਲਾਓਗੇ ਤੇ ਮਹਾਰਾਜ ਵੀ ਤੁਹਾਡੇ ਨਾਲ ਸਹਾਇਤਾ ਕਰੂਗਾ ਆਪਣਾ ਢੋੜੀਆਂ ਉਹਨਾਂ ਨੇ ਵਿਚਾਰੇ ਉਹ ਗਾਹ ਵਿੱਚ ਲਈ ਵੀਹ ਦਿਨਾਂ ਦੀ ਚਾਟਾ ਬੰਨੀ ਲਈ ਆਦਿ ਕੀ ਬੰਦਾ ਦੱਸੋ ਤਕਰੀਬਨ ਕੋਸ਼ਿਸ਼ ਕਰਦੇ ਤਿਆਰ ਹਾਜ਼ਰ ਲਓ ਜਿਹੜੀ ਰਾਤ ਸੂਬੇ ਜਾਂ ਨਾੜੂ ਵਾਲੀ ਲੈ ਲਓ ਪਤਾ ਤੇ ਲੱਗਦਾ ਡੰਗਰ ਸੱਜਰ ਦਾ ਇਹ ਨੀ ਗੱਲ ਅਸੀਂ ਤੇ ਜੇ ਇਹਨੂੰ ਮਾੜਾ ਜਿਹਾ ਵਹਿਮ ਲੱਗਿਆ ਤੇ ਮੈਂ ਕਹਿੰਦਾ ਨਾ ਗੁਰਸੇਵਕ ਨੂੰ ਮੈਂ ਵੱਛਾ ਖੋਲੀ ਜੇ ਵੱਛਾ ਖੋਲਿਆ ਗਾਂ ਨਾ ਡਿੰਗੀ ਤੇ ਮੈਂ ਕਹਿੰਦਾ ਮੈਂ ਨੀ ਲੈਣੀ ਉਹਨਾਂ ਗੱਲ ਕੀ ਆ ਨਹੀਂ ਇਹਦਾ ਹੀ ਆ ਮੈਂ ਹੋਏ ਨਾ ਹੋਏ ਡਿੰਗੀ ਨੀ ਉਹ ਕਹਿੰਦਾ ਤੂੰ ਬੜੀ ਚੀਜ਼ ਹੈ ਪੁੱਛਦਾ ਬੋਲੋ ਨੰਬਰ ਨੰਬਰ ਹੈਗਾ ਜੀ 3841478121 ਮੋਬਾਈਲ ਨੰਬਰ ਪਿੰਡ ਥਰੀਏਵਾਲ ਚੌਂਕ ਮਜੀਠੀ ਹਲਕੇ ਵਾਲਾ ਤੇ ਕਈ ਭੈਣ ਭਰਾ ਜਦੋਂ ਉਧਰੋਂ ਵੀਡੀਓ ਚੱਲਣ ਡਈ ਉਧਰੋਂ ਐਡਰੈਸ ਪੁੱਛਣ ਨੂੰ ਫੋਨ ਕਰਦੇ ਹੋ ਵੀਡੀਓ 'ਚ ਦੱਸਦਾ ਸਾਰਾ ਕੁਛ ਜਿਹੜੀ ਗਾਂ ਤੁਹਾਨੂੰ ਪਸੰਦ ਹੈ ਉਹਦੀ ਗੱਲ ਕਰੋ ਜਦੋਂ ਅਗਲੇ ਦੂਜੇ ਕੁ ਦਿਨ ਆਪਾਂ ਵਿਹਲੇ ਹੋਏ ਆ ਫਿਰ ਉਦੋਂ ਗੱਪਾਂ ਗੁੱਪਾਂ ਮਾਰਨ ਨੂੰ ਕਿਉਂਕਿ ਮੈਂ ਵੀ ਲੱਭਦਾ ਰਹਿੰਦਾ ਗੱਪਾਂ ਵਾਲਾ ਫੋਨ ਤੇ ਮਾਰੀਓ ਜਿੰਨੇ ਚਿਰ ਮਰਜ਼ੀ ਕੋਈ ਚੱਕਰ ਨਹੀਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ।